ਪਾਣੀ ਵਹਿਣ ਦਿਓ, ਮਾਵਾਂ ਨੂੰ ਕਹੋ ਕੰਮ ਕਾਰ ਹੁਣ ਰਹਿਣ ਦਵੋ, ਵੀਰਾਂ ਨੂੰ ਕਹੋ ਮੋਟਰਸਾਈਕਲ ਤੇ ਗੇੜੀਆਂ ਮਾਰਨੀਆਂ ਕਰਕੇ ਬੰਦ, ਬਸ ਚਿੱਟੀਆਂ ਚਿੱਟੀਆਂ ਦੰਦੀਆਂ ਕੱਢਦੇ ਤੇ ਕਢਾਉਂਦੇ ਰਵੋ, ਕਿਉਂਕਿ ਅਸੀਂ ਲਿਆਏ ਮੈਂ ਤੁਹਾਡੇ ਵਾਸਤੇ ਇੱਕ ਵਾਰ ਫਿਰ ਤੋਂ ਹੱਸਦੇ ਹੱਸਾਂਦੇ ਰਹੋ। ਸਤਿ ਸ਼੍ਰੀ ਅਕਾਲ ਸਰ, ਮੈਂ ਅੱਜ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਵੱਡੀ ਹਸਤੀ ਨੂੰ ਪੇਸ਼ ਕਰਨ ਜਾ ਰਿਹਾ ਵਾਂ, ਜਿਹੜੀ ਕਿ ਬਹੁਤ ਹੀ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਕੰਮ ਕਰ ਚੁੱਕੀ ਹੈ, ਅਮਿਤਾਭ ਬੱਚਨ, ਸ਼ਾਹਰੁਖ ਖਾਨ, ਪ੍ਰੀਟੀ ਜ਼ਿੰਟਾ। ਪਲੀਜ਼ ਜਦੋਂ ਸਟੇਜ 'ਤੇ ਆਵੇ ਜ਼ੋਰਦਾਰ ਤਾਲੀਆਂ ਦੇ ਨਾਲ ਉਹਦਾ ਨਿੱਘਾ ਸਵਾਗਤ ਕੀਤਾ ਜਾਵੇ। ਮੇਰੀ ਮੁਰਾਦ ਮਨੋਜ ਸੱਭਰਵਾਲ। ਇੱਧਰ ਉੱਧਰ ਵੇਖਣ ਦੀ ਕੋਈ ਲੋੜ ਨਹੀਂ, ਐਕਚੁਅਲੀ ਮਨੋਜ ਸੱਭਰਵਾਲ ਮੈਂ ਹੀ ਹਾਂ। ਸਰ, ਮੈਨੂੰ ਆਪਣੀ ਤਾਰੀਫ ਕਰਨ ਦਾ ਬਚਪਨ ਤੋਂ ਬੜਾ ਸ਼ੌਂਕ ਹੈ। ਤੁਸੀਂ ਬੜਾ ਹੱਸ ਰਹੇ ਹੋ, ਤੁਹਾਡੀ ਗੱਲ ਵੀ ਦੱਸ ਦਿੰਦਾ ਵਾਂ। ਲਓ ਜੀ, ਬੇਦੀ ਸਾਹਿਬ ਕੱਲ੍ਹ ਆਏ ਨੇ ਇੱਧਰੋਂ, ਜਦੋਂ ਐਂਟਰ ਕੀਤੇ ਨੇ, ਜਿੱਦਾਂ ਹੀ ਐਂਟਰ ਕੀਤੇ ਨੇ ਮੈਨੂੰ ਕਹਿੰਦੇ, ਮਨੋਜ ਯਾਰ ਮੇਰਾ ਬੈਗ ਚੱਕ ਕੇ ਜਰਾ ਗੱਡੀ 'ਚ ਰੱਖ ਦੇ। ਮੈਂ ਬੈਗ ਚੱਕ ਕੇ ਗੱਡੀ 'ਚ ਰੱਖਿਆ, ਬੈਗ ਦਾ ਕੁੰਡਾ ਖੁੱਲ੍ਹਾ ਹੋਇਆ ਸੀ, ਵਿੱਚੋਂ 4-5 ਮਲਿਕਾ ਸ਼ਰਾਵਤ ਦੀਆਂ ਕਿਤਾਬਾਂ ਡਿੱਗੀਆਂ। ਮੈਂ ਕਿਹਾ ਬੇਦੀ ਸਾਹਿਬ ਆ ਗਈ, ਤੁਸੀਂ ਗੰਦੀਆਂ ਕਿਤਾਬਾਂ ਵੇਖਦੇ ਹੋ। ਉਹ ਕਹਿੰਦਾ, ਨਹੀਂ ਨਹੀਂ ਕਾਕਾ, ਨਹੀਂ ਨਹੀਂ ਗੰਦੀ ਕਿਤਾਬ ਨਹੀਂ ਹੈ, ਹਿਸਟਰੀ ਦੀ ਕਿਤਾਬ ਹੈ, ਹਿਸਟਰੀ ਦੀ। ਮੈਂ ਕਿਹਾ ਬੇਦੀ ਸਾਹਿਬ, ਸਾਰੀ ਦੁਨੀਆ ਨੂੰ ਪਤਾ ਹੈ ਗੰਦੀ ਕਿਤਾਬ ਹੈ। ਉਹ ਨਹੀਂ ਨਹੀਂ ਕਾਕਾ, ਤੇਰੀ ਉਮਰ ਕਿੰਨੀ ਆ? ਮੈਂ ਕਿਹਾ ਸਰ ਮੇਰੀ ਉਮਰ 23 ਸਾਲ। ਉਹ ਮੇਰੀ ਉਮਰ 46 ਸਾਲ ਆ, ਤੇਰੇ ਵਾਸਤੇ ਗੰਦੀ ਕਿਤਾਬ ਆ, ਮੇਰੇ ਵਾਸਤੇ ਤਾਂ ਹਿਸਟਰੀ ਦੀ ਆ ਨਾ। ਸਰ ਗੱਲ ਸੁਣਾਉਣ ਜਾ ਰਿਹਾ ਤੁਹਾਨੂੰ ਆਪਣੇ ਚਾਚੇ ਦੀ, ਨਾਮ ਹੈ ਉਹਦਾ ਪੱਪੂ। ਬੜਾ ਹੀ ਅਜੀਬ ਕਰੈਕਟਰ ਹੈ, ਅਜੀਬ ਅਜੀਬ ਤਰ੍ਹਾਂ ਦੀਆਂ ਹਰਕਤਾਂ ਕਰਦਾ। ਪਰਸੋਂ ਰਾਤ ਦੀ ਗੱਲ ਹੈ, ਸਿਵਲ ਹਸਪਤਾਲ ਬਾਹਰ ਬੈਠਾ, ਜਨਾਨੀਆਂ ਛੇੜ ਰਿਹਾ, ਜਨਾਨੀ ਨੂੰ ਕਿਸ ਤਰੀਕੇ ਨਾਲ ਛੇੜ ਰਿਹਾ। ਮੈਂ ਕਿਹਾ ਹਾਏ ਨੀ ਮੋਟੀਏ, ਮੋਟੀ ਜਨਾਨੀ ਲੰਘੀ ਹੈ। ਮੈਂ ਕਿਹਾ ਹਾਏ ਨੀ ਮੋਟੀਏ, ਤੇਰੀ ਗੁੱਟ ਇੱਦਾਂ ਬਲ ਖਾਂਦੀ ਹੈ ਜਿੱਦਾਂ ਕੱਟੀ ਪੂਛ ਲੈਂਦੀ ਹੈ। ਜਨਾਨੀ ਨੇ ਅੰਦਰ ਜਾ ਕੇ ਡਾਕਟਰ ਸਾਹਿਬ ਨੂੰ ਸ਼ਿਕਾਇਤ ਲਾ ਦਿੱਤੀ। ਡਾਕਟਰ ਸਾਹਿਬ ਬਾਹਰ ਆਏ, ਕਹਿੰਦੇ, ਉਹ ਸ਼ਰਾਬੀਆ, ਤੂੰ ਮੇਰੇ ਹਸਪਤਾਲ ਦੇ ਬਾਹਰ ਬੈਠਾ ਜਨਾਨੀਆਂ ਛੇੜਦਾ, ਮੈਂ ਤੈਨੂੰ ਦੱਸਾਂ ਮੈਂ ਤੇਰੀ ਪੁਲਿਸ ਕੰਪਲੇਂਟ ਕਰ ਦੇਣੀ ਹੈ। ਕਹਿੰਦੇ ਲੈ ਲਓ, ਕਰ ਲਓ ਕਿ ਉਹਨੂੰ ਭਾਂਡਾ, ਆਪੀ ਤਾਂ ਬਾਹਰ ਐਡਾ ਵੱਡਾ ਬੋਰਡ ਲੈ ਕੇ ਲਾਇਆ, ਜਨਾਨੀਆਂ ਨੂੰ ਵੇਖਣ ਦਾ ਟਾਈਮ 9 ਤੋਂ 12 ਤੇ 9 ਤੋਂ 12 ਵੇਖੀ ਦੇ। ਇਵੇਂ ਦੇ ਬੜੇ ਕਰੈਕਟਰ ਨੇ ਜੀ। ਇੱਕ ਵਾਰੀ ਸਾਡਾ ਪੱਪੂ ਚਾਚਾ ਹੱਥ ਵਿਖਾਉਣ ਵਾਸਤੇ ਕਿਸੇ ਪੰਡਿਤ ਦੇ ਘਰ ਚਲੇ ਗਿਆ, ਹੱਥ ਵਿਖਾ ਰਿਹਾ, ਕਹਿੰਦਾ ਬਾਬਾ ਜੀ ਸਾਡਾ ਵੀ ਹੱਥ ਉੱਠ ਵੇਖ ਦਿਓ, ਸਾਡੇ ਹੱਥ 'ਚੋਂ ਕਿਹੜਾ ਬੋ ਆਂਡ ਜੀ, ਬੱਚਾ ਹਮ ਹੱਥ ਦੇਖਣੇ ਕਿ ਪੂਰੇ 500 ਰੁਪਏ ਲੈਤੇ ਹੈ। ਅਤੇ ਮਹਾਰਾਜ ਜੀ ਤੁਹਾਨੂੰ 500 ਰੁਪਏ ਤੋਂ ਉੱਤੇ ਦੀ ਚੀਜ਼ ਦੇ ਦਈਏ। ਫਿਰ 500 ਸੀ ਉੱਪਰ ਕੀ, ਕੌਣ ਸੀ ਚੀਜ਼ ਹੈ ਤੇਰੇ ਪਾਸ ਬੱਚਾ? ਲੈ ਲਓ, ਖੂਬ ਮਿਲੇਗਾ ਰੰਗ ਜੰਮਲ ਬੈਠੇਂਗੇ ਹਮ 3 ਯਾਰ, ਤੂੰ ਮੈਂ ਔਰ ਰਸ ਭਰੀ ਪੋਆ। ਅਰੇ ਬੱਚਾ ਤੂੰ ਤਾਂ ਗ੍ਰੇਟ ਹੈ, ਲੜਕੀਓ ਕੇ ਕਾਲਜ ਕਾ ਐਨੁਅਲ ਫੰਕਸ਼ਨ ਔਰ ਫੇਟ ਹੈ, ਲਾ ਪਿਲਾ ਬੱਚਾ। ਅਰੇ ਬੱਚਾ ਮੇਰੇ ਕੋ ਯੇ ਬਤਾ ਔਰ ਆਪਣਾ ਹੱਥ ਦਿਖਾ। ਅਰੇ ਬੱਚਾ ਤੁਹਾਡੀ ਗ੍ਰਹਿ ਦਸ਼ਾ ਤਾਂ ਬੜੀ ਖਰਾਬ ਚੱਲ ਰਹੀ ਹੈ। ਉਹ ਮਹਾਰਾਜ ਸਾਡੇ ਪੇਟੀ ਫਿਫਰੇ ਤੇ ਖਰੋਂਡੇ ਵੀ ਖਰਾਬ ਹੈ, ਮੈਨੂੰ ਵੀ ਗੱਲ ਦੱਸੋ। ਅਰੇ ਬੱਚਾ ਤੁਹਾਡੇ ਬਾਰਵੇਂ ਘਰ ਮੇ ਤਾਂ ਸ਼ਨੀ ਕਾ ਵਾਸ ਹੈ, ਮੈਂ ਚਪੇੜ ਮਾਰ ਕੇ ਤੇਰੀਆਂ ਦਾੜਾਂ ਨਾ ਪਾਉਂਦਾ। ਉਹ ਬਣ ਰਿਹਾ ਜੇ ਸਾਡੇ ਕੋਈ ਇੱਕ ਘਰ ਨਹੀਂ ਹੈਗਾ, ਤੂੰ ਕਿੰਨਾ ਬਾਰਵੇਂ ਘਰ ਸ਼ਨੀ ਕਾ ਵਾਸ ਹੈ। ਉਹ ਮਾਮਾ ਪਤਾ ਆਪ ਕਿਰਾਏ ਤੇ ਰਹਿੰਦੇ ਹੈਗੇ ਆ, ਤੈਨੂੰ ਮੈਂ ਦੱਸਿਆ। ਅਰੇ ਬੱਚਾ ਗ੍ਰਹਿ ਨਕਸ਼ਤਰੋਂ ਕੇ ਹਿਸਾਬ ਸੇ ਤੁਹਾਡੇ ਬਾਰਵੇਂ ਘਰ ਮੇ ਸ਼ਨੀ ਕਾ ਵਾਸ ਹੈ। ਉਹ ਜਾਓ ਮੇਰਾ ਭਰਾਵਾ, ਕਿਹੜੇ ਗ੍ਰਹਿ ਨਕਸ਼ਤਰ, ਕੱਢੋ ਫਿਰ ਸ਼ਨੀਦੇਵ ਨੂੰ ਬਾਹਰ ਸਾਡੇ ਬਾਰਵੇਂ ਘਰ 'ਚੋਂ, ਅਸੀਂ ਆਪ ਜਾ ਕੇ ਰਹੀਏ, ਅਸੀਂ 2,500 ਰੁਪਏ ਮਹੀਨਾ ਕਿਰਾਇਆ ਵੀ ਭਰੀ ਜਾਣ ਡੇ ਹਾਂ। ਥੈਂਕ ਯੂ ਸਰ।